जून 1984 साका नीला तारा जा नवंबर 1984 दिल्ली अते आस पास दे 18 होर शहरां विच भारत दी सरकार वलों बहुत ही सोची समझी साजिश अधीन सिखां दा शिकार खेडिया गया। सिख कौम 28 साल तो इंसाफ लई संघर्षशील है पर इंसाफ हले नेड़े तेड़े भी नहीं। इसे संघर्ष दरमियान सिख नेशन वलों इंसानियत नूं समर्पित सेवा दे कारज विढे होए हन। ਭਾਵੇਂ ਹੈਤੀ ਵਿੱਚ ਆਏ ਭੁਚਾਲ ਤੋਂ ਬਾਅਦ ਲੰਗਰ ਦੀ ਸੇਵਾ ਜਾਂ ਫਿਰ ਅਮਰੀਕਾ ਵਿੱਚ ਸੈਂਡੀ ਤੋਂ ਬਾਅਦ ਲੰਗਰ ਦੀ ਸੇਵਾ ਕਿਉਂ ਨਾ ਹੋਵੇ। ਪਿਛਲੇ 12 ਸਾਲਾਂ ਤੋਂ 1984 ਦੀ ਨਸਲ ਕੁਸ਼ੀ ਨੂੰ ਸਮਰਪਿਤ ਖੂਨਦਾਨ ਕੈਂਪ ਦੁਨੀਆ ਭਰ ਦੇ ਵਿੱਚ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਲਗਾਏ ਜਾ ਰਹੇ ਹਨ। ਕੈਨੇਡਾ ਵਿਚਲੇ ਲਗਾਏ ਕੈਂਪ ਦੀ ਜਾਣਕਾਰੀ ਆਓ ਤੁਹਾਡੇ ਰੂਬਰੂ ਕਰਦੇ ਹਾਂ। ਸਿੱਖ ਨੇਸ਼ਨ ਵੱਲੋਂ ਕੈਨੇਡਾ ਭਰ ਔਰ ਦੁਨੀਆ ਭਰ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਬਲੱਡ ਡੋਨੇਸ਼ਨ ਕੈਂਪਸ ਲਗਾਏ ਜਾ ਰਹੇ ਨੇ। 1984 ਨੂੰ ਸਮਰਪਿਤ ਇਹ ਕੈਂਪ ਸਿੱਖ ਨੇਸ਼ਨ ਵੱਲੋਂ ਹਿਊਮੈਨਿਟੀ ਇਨਸਾਨੀਅਤ ਦੇ ਪ੍ਰਤੀ ਆਪਣਾ ਬਣਦਾ ਫਰਜ਼ ਨਿਭਾਉਣ ਦਾ ਇੱਕ ਤਰੀਕਾ ਹੈ। ਹਾਊ ਡੂ ਯੂ ਫੀਲ ਬਾਈ ਕਮਿੰਗ ਹੇਅਰ ਇਨ ਦਾ ਬਲੱਡ ਡੋਨੇਸ਼ਨ ਕੈਂਪ? ਆਈ ਥਿੰਕ ਇਟਸ ਅ ਰੀਅਲੀ ਗੁੱਡ thing that we're doing there. We're donating blood in the memory of all the Sikhs that died for us. I think it's a fabulous thing. I think it should continue and it should keep happening like all around the world. So what do you think the Sikh nation is organizing these kind of camp? They should continue for the humanity's sake? Definitely. They should definitely continue. I think it's such a positive thing and it represents us as such positive people and it just helps so many people. I think it's such a fabulous thing. Thank you. Sikh nation ਵੱਲੋਂ ਜਿੱਥੇ ਦੁਨੀਆ ਭਰ ਦੇ ਵਿੱਚ blood donation camp ਵੱਖ-ਵੱਖ ਥਾਵਾਂ ਦੇ ਉੱਤੇ ਲਾਏ ਜਾ ਰਹੇ ਹਨ ਔਰ ਇਹਨਾਂ ਦੇ ਵਿੱਚ ਵੱਖ-ਵੱਖ ਕਮਿਊਨਿਟੀਜ਼ ਤੋਂ ਲੋਕ ਵੀ ਖੁੱਲ੍ਹ ਕੇ ਹਿੱਸਾ ਲੈ ਰਹੇ ਹਨ। ਅੱਜ ਇਹ ਕੈਂਪ ਬ੍ਰੈਂਪਟਨ ਦੇ ਸ਼ਾਪਰਸ ਵਰਲਡ ਮਾਲ ਦੇ ਵਿੱਚ ਲੱਗਿਆ ਹੋਇਆ ਹੈ ਜਿੱਥੇ ਸਿੱਖ ਨੇਸ਼ਨਸ ਦੇ ਵਲੰਟੀਅਰ ਸਾਡੇ ਨਾਲ ਨੇ। ਆਓ ਤੁਹਾਡੇ ਬਾਰੇ ਇਹਨਾਂ ਦੇ ਲਈ ਕੁਝ ਗੱਲ ਕਰਦੇ ਹਾਂ ਕਿ ਇਸ ਕੈਂਪ ਦੀ ਕੀ ਮਹੱਤਤਾ ਹੈ, ਕਿਉਂ ਇਹ ਕੈਂਪ ਲਾਏ ਜਾ ਰਹੇ ਹਨ ਸਿੱਖ ਕੌਮ ਦੇ ਵੱਲੋਂ ਔਰ ਜੋ 1984 ਦੇ ਵਿੱਚ ਸਿੱਖ ਕੌਮ ਦੇ ਨਾਲ ਹਿੰਦੁਸਤਾਨ ਸਰਕਾਰ ਵੱਲੋਂ ਕੀਤੀ ਗਈ ਇੱਕ ਬਲੰਡਰ ਹੈ ਉਸ ਦੇ ਬਾਰੇ ਵੀ ਜਾਣਕਾਰੀ ਲੈਂਦੇ ਹਾਂ। ਸੋ ਮੇਰੇ ਨਾਲ ਨਵਜੋਤ ਜੀ ਨੇ। ਨਵਜੋਤ ਜੀ, ਤੁਸੀਂ ਇਸ ਕੈਂਪ ਬਾਰੇ ਕੀ ਕਹਿਣਾ ਚਾਹੋ? ਅਸਲ ਦੇ ਵਿੱਚ ਜੇਕਰ ਤਾਂ ਮੈਂ ਵੀਰ ਜੀ ਸੰਖੇਪ ਦੇ ਵਿੱਚ ਕਹਿਣਾ ਹੋਵੇ ਤਾਂ ਦੋ ਮੇਨ ਮੁੱਦੇ ਨੇ ਕੈਂਪ ਦੇ। ਸਭ ਤੋਂ ਪਹਿਲਾਂ ਤਾਂ ਸਾਰੀ ਕਮਿਊਨਿਟੀ ਇੱਕ ਹੈ ਕਿਉਂਕਿ ਇਸ ਤੋਂ ਪਹਿਲਾਂ ਸਿੱਖ ਕੌਮ ਵੱਖ ਵੱਖ ਸੰਸਥਾਵਾਂ ਦੇ ਰੂਪ ਵਿੱਚ, ਗੁੱਟਾਂ ਦੇ ਰੂਪ ਵਿੱਚ, ਗਰੁੱਪਾਂ ਦੇ ਰੂਪ ਵਿੱਚ ਬਹੁਤ ਚੰਗੇ ਕਾਰਜ ਕਰਦੀ ਆਈ ਹੈ, ਪਰ ਕੋਈ ਇਹੋ ਜਿਹਾ ਪਲੇਟਫਾਰਮ ਤਿਆਰ ਕਰਨ ਦੀ ਲੋੜ ਸੀ ਜਿੱਥੇ ਕੌਮ ਨੂੰ ਇੱਕ ਕੀਤਾ ਜਾ ਸਕੇ, ਇੱਕ ਛਤਰੀ ਦੇ ਥੱਲੇ ਕੀਤਾ ਜਾ ਸਕੇ। ਸੋ ਕੋਈ ਇਹ ਸੰਸਥਾ ਨਹੀਂ, ਕਿਉਂਕਿ ਕਈ ਵਾਰੀ ਅਸੀਂ ਸਿੱਖ ਨੇਸ਼ਨ ਜਾਂ ਸਿੱਖ ਕੌਮ ਤੋਂ ਮਤਲਬ ਇਹ ਲੈ ਲੈਂਦੇ ਹਾਂ। ਸੋ ਸਾਰੀ ਕੌਮ ਆ, ਸਾਰੀ ਕੌਮ ਵੱਲੋਂ ਕੌਮ ਦੇ ਲਈ ਹੀ ਕੀਤਾ ਜਾ ਰਿਹਾ ਵਾ। ਅਤੇ ਇਹਦੇ ਵਿੱਚ ਦੂਸਰਾ ਮਕਸਦ ਇਹ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਣ ਵੋ, ਅਤੇ ਸੇਧ ਅਸੀਂ ਜਿਹੜੀ ਲੈ ਰਹੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਰਹੇ ਹਾਂ, ਕੋਈ ਪ੍ਰਧਾਨ ਨਹੀਂ, ਕੋਈ ਸੰਵਿਧਾਨ ਨਹੀਂ। ਸੋ ਜੋ ਗੁਰੂਆਂ ਨੇ ਕਿਹਾ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ, ਉਸ ਤੋਂ ਹੀ ਸਾਰੀ ਸੇਧ ਲਈ ਜਾ ਰਹੀ ਹੈ। ਸੋ ਕੋਈ ਦਾਨ ਨਹੀਂ, ਕੋਈ ਦਸਵੰਧ ਨਹੀਂ, ਬਸ ਇੱਕ ਦਾਨ ਲਈ ਬੇਨਤੀ ਕੀਤੀ ਜਾਂਦੀ ਆ, ਉਹ ਹੈ ਖੂਨਦਾਨ। ਸੋ ਕੁੱਲ ਮਿਲਾ ਕੇ ਪੂਰੀ ਲੋਕਾਈ ਦੇ ਲਈ ਕਿ ਮਨੁੱਖ ਨੂੰ ਉਹਦੇ ਹੱਕਾਂ ਸਮੇਤ, ਉਹਦੇ ਵਿਸ਼ਵਾਸਾਂ ਸਮੇਤ, ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ, ਉਹਨੂੰ ਜਿਉਣ ਦਾ ਹੱਕ ਦਿੱਤਾ ਜਾਵੇ। ਸੋ ਦੂਸਰਾ, ਆਉਣ ਵਾਲੀਆਂ ਨਸਲਾਂ ਨੂੰ ਇਹੋ ਜਿਹੀਆਂ ਹੋਰ ਨਸਲ ਕੁਸ਼ੀਆਂ ਪ੍ਰਤੀ ਸੁਚੇਤ ਕੀਤਾ ਜਾ ਸਕੇ, ਉਹਨਾਂ ਨੂੰ ਸਹਿਯੋਗ ਦੇਣ ਵਾਲੀਆਂ ਤਾਕਤਾਂ ਪ੍ਰਤੀ ਸੁਚੇਤ ਕੀਤਾ ਜਾ ਸਕੇ। ਸੋ ਮੇਨ ਤਾਂ ਇਹੀ ਔਰ ਬਾਕੀ ਸਾਡੇ ਸਾਰੇ ਵੀਰ ਜੋ ਸੋਚਦੇ ਹੈਗੇ ਨੇ, ਸੇਵਾਦਾਰ ਨੇ, ਉਹ ਵੀ ਆਪਦੇ ਵਿਚਾਰ ਸਾਂਝੇ ਕਰਨਗੇ। ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਵੋ, 1984 ਦੇ ਵਿੱਚ ਜਿੱਥੇ ਮਾਨਸ ਦੀ ਜਾਤ ਪਹਿਚਾਨਣ ਦਾ ਵਕਤ ਆਇਆ ਸੀ ਤਾਂ ਸ਼ਾਇਦ ਇੱਕ ਫਿਰਕੇ ਦੇ ਲੋਕਾਂ ਨੇ ਇੱਕ ਫਿਰਕੇ ਦੇ ਲੋਕਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਸੀ। ਉਸ ਵੇਲੇ ਇਹ ਤੁੱਕ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਵੋ ਸ਼ਾਇਦ ਕਿਸੇ ਦੇ ਚਿੱਤ ਨਾ ਚੇਤੇ ਸੀ। ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗਾਂ ਤੱਕਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਔਰ ਸਿੱਖ ਕੌਮ ਨੇ ਇਹ ਹਲੂਣਾ ਵੀ ਆਪਣੀ ਜਿੰਦ ਦੇ ਉੱਤੇ ਬੜੇ ਆਸਾਨੀ ਦੇ ਨਾਲ ਸਹਿ ਲਿਆ, ਪਰ ਹਲੇ ਵੀ ਇਨਸਾਫ ਨਾ ਮਿਲਣ ਕਾਰਨ ਸਿੱਖ ਕੌਮ ਦੇ ਜ਼ਖਮ ਹਲੂਣੇ ਨੇ। ਸੋ ਵਾਰ ਵਾਰ ਇਹ ਹਮਲਾ ਮਾਰਿਆ ਜਾ ਰਿਹਾ ਹੈ। ਸਿੱਖ ਕੌਮ ਆਪਣੇ ਕਾਰਜ ਦੇ ਉੱਤੇ ਨਿਰੰਤਰ ਚੱਲ ਰਹੀ ਹੈ ਔਰ ਆਸ ਰੱਖਦੇ ਹਾਂ ਕਿ ਇਹੋ ਜਿਹੇ ਕਾਰਜਾਂ ਦੇ ਉੱਤੇ ਜੋ ਇਨਸਾਨੀਅਤ ਲਈ ਇੱਕ ਬੜੇ ਸਾਧਕ ਸਿੱਧ ਹੋਏ ਨੇ, ਇਹਨਾਂ ਕਾਰਜਾਂ ਦੇ ਜ਼ਰੀਏ ਆਉਣ ਵਾਲੀ ਇਨਸਾਨੀਅਤ ਦੇ ਲਈ ਆਪਣੀ ਛਾਪ ਛੱਡ ਸਕੇਗੀ ਸਿੱਖ ਕੌਮ। ਇਹ ਕੈਂਪ ਉਹਨਾਂ ਕਾਰਜਾਂ ਦਾ ਇੱਕ ਰੂਪ ਨੇ। ਸੋ ਆਓ ਹੋਰ ਵਲੰਟੀਅਰਸ ਦੇ ਨਾਲ ਇਹ ਗੱਲ ਕਰਦੇ ਹਾਂ। ਸਾਡੇ ਨਾਲ ਇੱਥੇ ਹੋਰ ਵਲੰਟੀਅਰ ਨੇ। ਬੱਚੇ, ਤੁਸੀਂ ਇਸ ਕੈਂਪ ਦੇ ਬਾਰੇ ਕੁਝ ਜਾਣਦੇ ਹੋ? ਨਹੀਂ। ਤੁਸੀਂ ਜਾਣਦੇ ਹੋ? ਹਾਂਜੀ, ਉਹ 1984 ਦੇ ਵਿੱਚ ਜਿਹੜਾ ਹੋਇਆ ਸੀਗਾ ਗੋਲਡਨ ਟੈਂਪਲ ਦੇ ਵਿੱਚ, ਉਹਦੇ ਬਾਰੇ ਹੈਗਾ ਵਾ। ਤੁਸੀਂ ਕੀ ਸੋਚਦੇ ਹੋ ਇਹ ਬਲੱਡ ਡੋਨੇਸ਼ਨ ਕੈਂਪ ਦੇ ਨਾਲ ਤੁਹਾਨੂੰ ਇਹਦੇ 'ਚੋਂ ਕੀ ਸਿੱਖਣ ਨੂੰ ਮਿਲਦਾ? ਮੈਨੂੰ ਲੱਗਦਾ ਵੀ ਵਧੀਆ ਵਾ, ਵੀ ਸਾਨੂੰ ਪਤਾ ਲੱਗਦਾ ਵਾ ਉਹਦੇ ਬਾਰੇ। ਸਾਡੇ ਨਾਲ ਕੈਨੇਡਾ ਦੇ ਵਿੱਚ ਜੰਮੀ ਪਲੀ ਬੱਚੀ ਆ, ਉਹ ਪੁੱਛਦੇ ਹਾਂ ਕਿ ਇਹੋ ਜਿਹੇ ਕੈਂਪ
ਜਾਂ ਸਿੱਖ ਕੌਮ ਵੱਲੋਂ ਕੀਤੇ ਜਾ ਰਹੇ ਇਹ ਕਾਰਜ ਆਉਣ ਵਾਲੇ ਭਵਿੱਖ ਦੇ ਵਿੱਚ ਕਿੱਦਾਂ ਦਾ ਇੱਕ ਸਾਧਕ ਜਾਂ ਇੱਕ ਸੁਨੇਹਾ ਲੈ ਕੇ ਇਸ ਜਨਰੇਸ਼ਨ ਦੇ ਲਈ ਕਾਰਜਸ਼ੀਲ ਹੋ ਸਕਦੇ ਨੇ ਸੋ ਕੈਨ ਯੂ ਟੈਲ ਮੀ ਅਬਾਊਟ 1984 ਐਂਡ ਬਾਈ ਦਾ ਸਿੱਖ ਨੇਸ਼ਨ ਦੀਜ਼ ਕੈਂਪਸ ਆਰ ਬੀਨ ਆਰਗਨਾਈਜ਼ਡ ਹਾਊ ਡੂ ਯੂ ਥਿੰਕ ਹਾਊ ਦੀਜ਼ ਕੈਂਪਸ ਵਿਲ ਵਰਕ ਫਾਰ ਦਾ ਕਮਿੰਗ ਜਨਰੇਸ਼ਨਸ I think it's good that they pass on a good message for the younger generations. What happened in 1984 was very sad, and we do this almost every year to commemorate what happened. So it's a good thing, a good cause. How do you think these camps are giving any message to the coming generations? Yeah, it just tells them to be more aware of their community and help out whenever they can. ਕੈਮਰਾਮੈਨ ਬੀ ਬੀ ਸਿੰਘ ਦੇ ਨਾਲ ਮੈਂ ਗੁਰਮਿੰਦਰ ਆਲੂਵਾਲੀਆ ਪੀ ਵੀ ਟੀ ਵੀ ਟੋਰਾਂਟੋ